ਸਾਡੇ ਕੋਲ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਕੋਲੋਂ ਅਸੀਂ ਕਾਫੀ ਲਫ਼ਜ਼ ਲੈਨੇ ਆ, ਕਾਫੀ ਪੁੱਛਨੇ ਆ। ਔਰ ਲਾਹੌਰ ਵਿੱਚ ਇੱਕ ਟੀ ਹਾਊਸ ਹੈ, ਉੱਥੇ ਅਚਾਨਕ ਬੰਦਾ ਜਾਏ ਪਾਕ ਟੀ ਹਾਊਸ, ਉੱਥੇ 5, 10, 15 ਮੁਫੱਕਰ, ਸ਼ਾਇਰ, ਅਦਬੀ ਲੋਕ ਉੱਥੇ ਮੁਯੱਸਰ ਹੁੰਦੇ ਨੇ, ਲਿਖਾਰੀ ਲੋਕ ਉੱਥੇ ਮੁਯੱਸਰ ਹੁੰਦੇ ਨੇ। ਔਰ ਅਚਾਨਕ ਜਦੋਂ ਅਸੀਂ ਕੋਈ ਬੇਚੈਨੀ ਹੋਵੇ, ਕੋਈ ਆਵਾਜ਼ਦਾਰੀ ਅਦਬੀ ਹੋਵੇ, ਕੋਈ ਸੁਣਾਉਣਾ ਹੋਵੇ, ਕੁਛ ਸੁਣਨਾ ਹੋਵੇ, ਕੁਛ ਸਿੱਖਣਾ ਹੋਵੇ, ਤਾਂ ਅਸੀਂ ਕਿਲ੍ਹਾ ਜਗਤਾਰ ਸਿੰਘ ਦੇ ਉਸ ਟੀ ਹਾਊਸ 'ਤੇ ਲੱਗ ਜਾਂਦੇ ਹਾਂ। ਮੇਰੀ ਮੁਰਾਦ ਕੰਦੀਲ ਸਾਹਿਬ ਨੇ ਕੰਦੀਲ ਟੀ ਹਾਊਸ ਮੋਬਾਈਲਾਂ ਵਾਲੀ ਮਾਰਕੀਟ ਦੇ ਵਿੱਚ, ਜਦੋਂ ਵੀ ਜਾਓ ਉੱਥੇ 5, 6, 7 ਸ਼ਾਇਰ ਵੈਸੇ ਹੀ ਬੈਠੇ ਹੁੰਦੇ ਨੇ ਅਤੇ ਕਾਲ ਕਰਕੇ 5-4 ਹੋਰ ਵੀ ਮਿੰਟਾਂ 'ਚ ਬੁਲਾ ਲੈਂਦੇ ਨੇ। ਇੱਕ ਵਕਤ ਸੀ ਇੱਥੇ 8-10 ਸ਼ਾਇਰ ਕਿਲ੍ਹੇ 'ਚ ਇਕੱਠੇ ਕਰਨਾ ਬੜਾ ਮੁਸ਼ਕਲ ਤਰੀਨ ਕੰਮ ਨਜ਼ਰ ਆ ਰਿਹਾ ਹੁੰਦਾ ਸੀ। ਹੁਣ ਉੱਥੇ ਵੈਸੇ ਹੀ ਬੈਠੇ ਹੁੰਦੇ ਨੇ, ਇਹਨਾਂ ਦਾ ਅਦਬ ਵੀ ਲਗਾਓ, ਅਦਬ ਦੋਸਤ ਇਸ ਤਰ੍ਹਾਂ ਦੇ ਨੇ, ਪਿਆਰ ਕਰਦੇ ਨੇ, ਪਿਆਰ ਵੰਡਦੇ ਨੇ, ਮੁਹੱਬਤਾਂ ਵੰਡਦੇ ਨੇ। ਔਰ ਇਹਨਾਂ ਦੀਆਂ ਮੁਹੱਬਤਾਂ ਦੀ ਵਜ੍ਹਾ ਤੋਂ ਕੋਈ ਮੱਧੂ ਖਲੀਲੋਂ ਆ ਰਹੇ ਹੁੰਦੇ ਨੇ, ਕੋਈ ਲੁਧਿਆਣਿਓਂ ਆ ਰਹੇ ਹੁੰਦੇ ਨੇ, ਕੋਈ ਰੇਤ ਵਾਲੀ ਕੋਲੜੀ ਭਾਈ ਆ ਰਹੇ ਹੁੰਦੇ ਨੇ, ਅਸੀਂ ਵੀ ਜਾ ਰਹੇ ਹੁੰਦੇ ਹਾਂ ਇਹਨਾਂ ਕੋਲੋਂ ਕੁਛ ਸੁਣਨ ਵਾਸਤੇ, ਸਿੱਖਣ ਵਾਸਤੇ। ਜੀ ਜੀ ਜੀ, ਦਰਗਾਹੀ ਵਾਲੇ ਸਾਡੇ ਭਾਈ ਚੱਠਾ ਸਾਹਿਬ, ਇਹ ਵੀ ਉੱਥੇ ਹੀ ਅਕਸਰ ਮਿਲ ਜਾਂਦੇ ਨੇ ਸਾਨੂੰ, ਅਤੇ ਸਾਡੀ ਜਿਹੜੀ ਨਸ਼ਾ ਇਹਨਾਂ ਪੂਰਾ ਹੋ ਜਾਂਦਾ ਇਹਨਾਂ ਕੋਲੋਂ। ਮੇਰੀ ਮੁਰਾਦ ਜਨਾਬ ਕੰਦੀਲ ਸਾਹਿਬ, ਲਿਆਕਤ ਕੰਦੀਲ ਸਾਹਿਬ। ਸਲਾਮ ਅਰਜ਼ ਕਰਨਾ ਜੀ, ਮੇਰੇ ਕੋਲੋਂ ਕੂਣ ਨਹੀਂ ਹੋਣਾ, ਮੇਰੇ ਕੋਲੋਂ ਕੂਣ ਨਹੀਂ ਹੋਣਾ, ਮੇਥੋਂ ਮਿੱਠਾ ਲੂਣ ਨਹੀਂ ਹੋਣਾ। ਵਾਹ 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 ਵਾਹ। ਮੇਰੇ ਕੋਲੋਂ ਕੂਣ ਨਹੀਂ ਹੋਣਾ, ਮੇਥੋਂ ਮਿੱਠਾ ਲੂਣ ਨਹੀਂ ਹੋਣਾ, ਕਾਹਨੂੰ ਤਾਰੇ ਤੋੜਨ ਸੋਚਾਂ, ਕਾਹਨੂੰ ਤਾਰੇ ਤੋੜਨ ਤੋੜਨ ਸੋਚਾਂ, ਕਾਹਨੂੰ ਤਾਰੇ ਤੋੜਨ ਤੋੜਨ ਸੋਚਾਂ, ਮੇਥੋਂ ਅੰਬਰ ਛੂਹ ਨਹੀਂ ਹੋਣਾ, ਕਾਹਨੂੰ ਕਾਹਨੂੰ ਤਾਰੇ ਤੋੜਨ ਸੋਚਾਂ, ਮੇਥੋਂ ਅੰਬਰ ਛੂਹ ਨਹੀਂ ਹੋਣਾ। ਵਾਹ ਵਾਹ। ਆਦਮ ਖੋਰ ਨੇ ਜਿੱਥੇ ਵੱਸਦੇ, ਵਾਹ ਵਾਹ, ਆਦਮ ਖੋਰ ਨੇ ਆਦਮ ਖੋਰ ਨੇ ਜਿੱਥੇ ਵੱਸਦੇ, ਵਾਹ ਵਾਹ, ਕਿਸ ਤਰ੍ਹਾਂ ਅੱਖਾਂ ਖੂਨ ਨਹੀਂ ਹੋਣਾ, ਆਦਮ ਖੋਰ ਨੇ ਜਿੱਥੇ ਵੱਸਦੇ, ਆਦਮ ਖੋਰ ਨੇ ਜਿੱਥੇ ਵੱਸਦੇ, ਕਿਸ ਤਰ੍ਹਾਂ ਅੱਖਾਂ ਖੂਨ ਨਹੀਂ ਹੋਣਾ। ਮੇਰਾ ਝੁੱਗਾ ਬਸਤੀ ਵਿੱਚ, ਮੇਰਾ ਝੁੱਗਾ ਬਸਤੀ ਵਿੱਚ, ਕਿੰਝ ਸੋਚਾਂਗਾ ਲੂਣ ਨਹੀਂ ਹੋਣਾ, ਮੇਰਾ ਝੁੱਗਾ ਬਸਤੀ ਵਿੱਚ, ਕਿੰਝ ਸੋਚਾਂਗਾ ਲੂਣ ਨਹੀਂ ਹੋਣਾ, ਮਨ ਮੁਰਦਾ ਜੇ ਹੋ ਗਿਆ ਤੇ, ਮਨ ਮੁਰਦਾ ਜੇ ਹੋ ਗਿਆ ਤੇ ਫਿਰ ਇਹ ਤਨ ਧਰੂਣ ਨਹੀਂ ਹੋਣਾ। ਮਨ ਮੁਰਦਾ ਜੇ ਹੋ ਗਿਆ ਤੇ ਫਿਰ ਇਹ ਤਨ ਧਰੂਣ ਨਹੀਂ ਹੋਣਾ, ਜਦ ਤੱਕ ਲਹੂ ਕੰਦੀਲ ਨਹੀਂ ਬਲਣਾ, ਜਦ ਤੱਕ ਲਹੂ ਕੰਦੀਲ ਨਹੀਂ ਬਲਣਾ, ਧਰਤੀ ਤੇ ਸਕੂਨ ਨਹੀਂ ਹੋਣਾ, ਜਦ ਤੱਕ ਲਹੂ ਨਹੀਂ, ਜਦ ਤੱਕ ਲਹੂ ਕੰਦੀਲ ਨਹੀਂ ਬਲਣਾ, ਧਰਤੀ ਤੇ ਸਕੂਨ ਨਹੀਂ ਹੋਣਾ, ਮੇਰੇ ਕੋਲੋਂ ਕੂਣ ਨਹੀਂ ਹੋਣਾ, ਮੇਥੋਂ ਮਿੱਠਾ ਲੂਣ ਨਹੀਂ ਹੋਣਾ।